ਇੱਕ ਹੱਸਦੇ ਵਸਦੇ ਪਰਿਵਾਰ ਤੇ ਉਦੋਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਹਨਾਂ ਦੇ ਸੋਹਣੇ ਸੁਨੱਖੇ ਸਰਦਾਰ ਪੁੱਤ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ। ਵੱਡੀ ਗੱਲ ਇਹ ਹੈ ਕਿ ਇਹਨਾਂ ਮਾਪਿਆਂ ਦੇ ਵੱਲੋਂ ਆਪਣੇ ਪੁੱਤ ਦਾ ਹਾਲ ਖੁਦ ਅੱਖੀ ਦੇਖਿਆ ਗਿਆ, ਜੋ ਕਿ ਚਿੱਟੇ ਦਾ ਟੀਕਾ ਲਗਾ ਕੇ ਸੜਕ ਤੇ ਹੀ ਬੇਸੁੱਧ ਹੋਇਆ ਪਿਆ ਸੀ ਤੇ ਕਿਸੇ ਵੱਲੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਸੀ ਤਾਂ ਜੋ ਇਸ ਦੀ ਪਹਿਚਾਣ ਹੋ ਸਕੇ, ਤੇ ਜਦੋਂ ਮਾਪਿਆਂ ਨੇ ਵੀਡੀਓ ਦੇਖੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਤਸਵੀਰ ਉਸੇ ਸੋਹਣੇ ਸੁਨੱਖੇ ਸਰਦਾਰ ਦੀ ਹੈ ਜਿਸਨੇ ਚਿੱਟੇ ਦਾ ਟੀਕਾ ਲਗਾਇਆ ਤੇ ਫਿਰ ਮੌਤ ਦੀ ਨੀਂਦ ਸੋ ਗਿਆ। ਦੱਸ ਦਈਏ ਕਿ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ, ਜਿੱਥੇ ਪੜ੍ਹਿਆ ਲਿਖਿਆ ਸੋਹਣਾ ਸੁਨੱਖਾ ਇਹ ਸਰਦਾਰ ਚਿੱਟੇ ਦੀ ਦਲਦਲ ਚ ਫਸ ਗਿਆ। ਇਸ ਕਦਰ ਫਸਿਆ ਕਿ ਇਹਦੀ ਮੌਤ ਤੱਕ ਹੋ ਗਈ। ਨਸ਼ੇ ਦਾ ਟੀਕਾ ਲਗਾਉਂਦਿਆਂ ਹੀ ਇਹ ਬੇਸੁੱਧ ਹੋ ਕੇ ਸੜਕ ਤੇ ਹੀ ਡਿੱਗਿਆ। ਤਸਵੀਰਾਂ ਦਿਖਾਈਆਂ ਨਹੀਂ ਜਾ ਸਕਦੀਆਂ, ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ, ਜਿਸ ਤੋਂ ਬਾਅਦ ਮਾਪਿਆਂ ਨੇ ਦੇਖੀ ਤੇ ਮਾਪਿਆਂ ਦੇ ਹੋਸ਼ ਉੜ ਗਏ ਕਿ ਉਹਨਾਂ ਦਾ ਪੁੱਤ ਕਿਸ ਹਾਲਤ ਦੇ ਵਿੱਚ ਸੜਕ ਤੇ ਪਿਆ ਹੈ। ਜਦੋਂ ਤੱਕ ਇਸ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਇਸ ਦੀ ਮੌਤ ਹੋ ਚੁੱਕੀ ਸੀ। ਮਾਪਿਆਂ ਤੋਂ ਹੁਣ ਆਪਣੇ ਇਸ ਪੁੱਤ ਦੀ ਮੌਤ ਦਾ ਦੁੱਖ ਸਹਾਰ ਨਹੀਂ ਹੋ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਵੈਸੇ ਤਾਂ ਤਲਵੰਡੀ ਸਾਬੋ ਨੂੰ ਗੁਰੂ ਪਾਤਸ਼ਾਹਾਂ ਦੀ ਧਰਤੀ ਕਿਹਾ ਜਾਂਦਾ ਹੈ, ਜਿੱਥੇ ਕਈ ਗੁਰੂਆਂ ਦੇ ਚਰਨ ਪਏ ਨੇ, ਤੇ ਇਸ ਧਰਤੀ ਤੇ ਹੁਣ ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਨਸ਼ੇ ਦੇ ਧੜੱਲੇ ਨਾਲ ਵਿਕਰੀ ਹੋ ਰਹੀ ਹੈ ਅਤੇ ਇੱਥੇ ਕਈ ਨੌਜਵਾਨ ਇਸੇ ਤਰ੍ਹਾਂ ਨਸ਼ੇ ਦੇ ਕਾਰਨ ਮੌਤ ਦੇ ਮੂੰਹ 'ਚ ਜਾ ਚੁੱਕੇ ਨੇ, ਜਿਸ ਵੱਲ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਦੱਸਦੇ ਕਿ ਮ੍ਰਿਤਕ ਦੀ ਪਛਾਣ ਧਰਮਪਾਲ ਲਾਲੀ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ 27 ਸਾਲ ਸੀ। ਮਾਪਿਆਂ ਦਾ ਸੋਹਣਾ ਸੁਨੱਖਾ ਜਵਾਨ ਪੁੱਤ ਸਰਦਾਰ ਪੁੱਤ ਨਸ਼ੇ ਦੇ ਕਾਰਨ ਮੌਤ ਦੇ ਮੂੰਹ 'ਚ ਚਲਾ ਗਿਆ ਤੇ ਮਾਪੇ ਹੁਣ ਰੋ ਰੋ ਬੇਹਾਲ ਹੋ ਗਏ ਨੇ, ਜਿਨ੍ਹਾਂ ਦਾ ਦੁੱਖ ਵੀ ਦੇਖਿਆ ਨਹੀਂ ਜਾਂਦਾ।